ਸਾਰਿਆਂ ਦਾ ਸੋ ਯੂਐਸਏ ਸਟੱਡੀ ਵੀਜ਼ਾ ਦੇ ਅਪਡੇਟਸ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇ ਤੁਸੀਂ ਪਲਾਨ ਕਰ ਰਹੇ ਹੋ ਯੂਐਸਏ ਦਾ ਸਟੱਡੀ ਵੀਜ਼ਾ ਅੱਜ ਦੇ ਸ਼ੋਅ ਨੂੰ ਐਂਡ ਤੱਕ ਜ਼ਰੂਰ ਦੇਖੋ ਸੋ ਸਲੋਟਸ ਓਪਨ ਨੇ ਕੀ ਸਿਚੁਏਸ਼ਨ ਹੈ ਇੰਟਰਵਿਊ ਸਲੋਟਸ ਵੀ ਉਹ ਵੀ ਡਿਸਕਸ ਕਰਾਂਗੇ ਉਸ ਤੋਂ ਇਲਾਵਾ ਰਿਜ਼ਲਟ ਟ੍ਰੈਂਡ ਬਾਰੇ ਵੀ ਗੱਲ ਕਰਾਂਗੇ ਅੱਜ ਦੇ ਸਾਡੇ ਗੈਸਟ ਨੇ ਵੀਜ਼ਾ ਆਫ ਇੱਕ ਤੋਂ ਸੀਨੀਅਰ ਕੰਸਲਟੈਂਟ ਸਨੇਹਾ ਸ਼ਰਮਾ ਜੀ ਸਨੇਹਾ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸੋ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਜੀ ਟ੍ਰੈਂਡ ਕਿੱਦਾਂ ਦਾ ਚੱਲ ਰਿਹਾ ਤੇ ਸਲੋਟਸ ਦੀ ਅਵੇਲੇਬਿਲਟੀ ਦਾ ਹਮੇਸ਼ਾ ਯੂਐਸਏ ਦਾ ਇਸ਼ੂ ਰਹਿੰਦਾ ਹੈ ਸਲੋਟਸ ਦੀ ਅਵੇਲੇਬਿਲਟੀ ਕਿਵੇਂ ਸਰ ਦੇਖੋ ਪਹਿਲੇ ਤਾਂ ਯੂਐਸਏ ਦੇ ਅਗਰ ਆਪਾਂ ਸਕਸੈਸ ਰੇਟ ਦੀ ਗੱਲ ਕਰੀਏ ਜਨਵਰੀ ਇਨਟੇਕ ਲਈ ਜਿਹੜੇ ਸਟੂਡੈਂਟਸ ਅਪੀਅਰ ਹੋਏ ਸੀ ਇੰਟਰਵਿਊ ਲਈ ਕਾਫੀ ਵਧੀਆ ਰਿਜ਼ਲਟਸ ਰਹੇਗਾ ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ 10 ਤੋਂ 12 ਲੱਖ ਵੀਜ਼ਾਸ ਦਵਾਂਗੇ ਸੋ ਉਹਦੇ ਵਿੱਚ ਸਟੂਡੈਂਟਸ ਦਾ ਕੋਟਾ ਕਾਫੀ ਸੀਗਾ ਐਂਡ ਸਭ ਤੋਂ ਮੇਨ ਚੀਜ਼ ਜਿਹੜੀ ਦੇਖੀ ਗਈ ਹੈ ਕਿਉਂਕਿ ਅਸੀਂ ਇੰਨੇ ਸਾਲਾਂ ਤੋਂ ਯੂਐਸਏ ਦਾ ਕਰ ਰਹੇ ਹਾਂ ਅੱਗੇ ਨਾਰਥ ਦੇ ਸਟੂਡੈਂਟਸ ਨੂੰ ਇੰਨਾ ਵੀਜ਼ਾ ਗ੍ਰਾਂਟ ਨਹੀਂ ਹੁੰਦਾ ਸੀਗਾ ਸੋ ਪ੍ਰੈਜ਼ੈਂਟਲੀ ਉਹਨਾਂ ਦੇ ਵੀਜ਼ਾ ਸਕਸੈਸ ਰੇਟ ਵੀ ਬਹੁਤ ਵਧੀਆ ਰਿਹਾ ਔਰ ਹੁਣ ਅਗਰ ਆਪਾਂ ਇਨਟੇਕ ਦੀ ਗੱਲ ਕਰੀਏ ਹੁਣ ਜਿਹੜਾ ਅਗਲਾ ਇਨਟੇਕ ਹੈਗਾ ਉਹ ਮਾਰਚ ਔਰ ਅਪ੍ਰੈਲ ਇਨਟੇਕ ਹੈਗਾ ਵਾ ਸੋ ਉਹਦੇ ਲਈ ਟਾਈਮ ਸਿਰ ਆਪਣੀ I-20 ਅਪਲਾਈ ਕਰੋ ਐਂਡ ਮੋਰ ਓਵਰ ਅਗਰ ਹੁਣ ਸਲੋਟਸ ਦੀ ਗੱਲ ਕਰਦੇ ਹਾਂ ਸਲੋਟਸ ਉਹਨਾਂ ਨੇ ਵਧਾ ਦਿੱਤੇ ਹੈਗੇ ਆ ਸੋ ਉਹਦਾ ਵੀ ਪ੍ਰੋਬਲਮ ਨਹੀਂ ਆਊਗੀ ਈਵਨ ਕਿ ਜਨਵਰੀ ਇਨਟੇਕ ਲਈ ਵੀ ਸਟੂਡੈਂਟਸ ਨੂੰ ਸਲੋਟਸ ਦੀ ਪ੍ਰੋਬਲਮ ਨਹੀਂ ਆਈ ਆ ਸੋ ਪ੍ਰੈਜ਼ੈਂਟਲੀ ਯੂਐਸਏ ਕਾਫੀ ਸਮੂਥ ਚੱਲ ਰਿਹਾ ਵਾ ਰਿਜ਼ਲਟਸ ਅੱਛੇ ਆ ਐਂਡ ਮੋਰ ਓਵਰ ਉਹ ਸਟੂਡੈਂਟਸ ਜਿਨ੍ਹਾਂ ਦਾ ਬਜਟ ਨਹੀਂ ਆ ਸਪੈਸ਼ਲੀ ਮੈਂ ਇੱਥੇ ਗੱਲ ਕਹਿਣਾ ਚਾਹੂੰਗੀ ਕਿਉਂਕਿ ਕੀ ਹੈਗਾ ਕਿ ਯੂਕੇ ਨੂੰ ਅਗਰ ਆਪਾਂ ਕੰਪੇਅਰ ਕਰੀਏ ਜਾਂ ਕੈਨੇਡਾ ਨੂੰ ਕਰੀਏ ਤਾਂ ਉੱਥੇ ਸਾਨੂੰ ਫੁੱਲ ਫੀਸ ਦੇਣੀ ਪੈਂਦੀ ਆ ਔਰ ਬਟ ਯੂਐਸਏ ਦੇ ਵਿੱਚ ਕੀ ਹੈਗਾ ਵਾ ਕਿ ਤੁਹਾਨੂੰ ਜਿਹੜੀ ਟਿਊਸ਼ਨ ਫੀਸ ਹੈਗੀ ਉਹ ਆਫਟਰ ਵੀਜ਼ਾ ਦੇਣੀ ਪੈਂਦੀ ਆ ਐਂਡ ਪਲੱਸ ਤੁਸੀਂ 6 ਮੰਥ ਦੀ ਫੀਸ ਦੇ ਕੇ ਵੀ ਜਾ ਸਕਦੇ ਹੋ ਕੋਈ ਰਿਸਕ ਨਹੀਂ ਹੈਗਾ ਫੀਸ ਨੂੰ ਲੈ ਕੇ ਔਨ ਸਪੋਟ ਡਿਸੀਜਨ ਹੈਗਾ ਵਾ ਐਂਡ ਪਲੱਸ ਪੁਆਇੰਟ ਇਹ ਹੈਗਾ ਕਿ ਜਿਨ੍ਹਾਂ ਦੀ ਆਇਲਸ ਦੇ ਸਕੋਰ ਥੋੜ੍ਹੇ ਹੈਗੇ ਆ 5.5 ਹੈਗੇ ਆ ਜਾਂ ਰੀਸੈਂਟ ਪਾਸ ਹੋ ਵਿਦਆਊਟ ਆਇਲਸ ਵੀ ਹੋ ਜਾਏਗਾ ਗੈਪ ਅਸੈਪਟੇਬਲ ਆ ਸੋ ਪ੍ਰੈਜੈਂਟਲੀ ਕੈਨੇਡਾ ਗੱਲ ਕਰੀਏ ਚਾਹੇ ਯੂਐਸਏ ਦੋਨੋਂ ਸਿਸਟਰ ਕੰਟਰੀਜ਼ ਹੈਗੀਆਂ ਸੋ ਵੀਜ਼ਾ ਸਕਸੈਸ ਰੇਟ ਬਹੁਤ ਵਧੀਆ ਵੈਲਕਮ ਮੋਡ ਹੈ ਸੋ ਬਹੁਤ ਵਧੀਆ ਯੂਐਸਏ ਦਾ ਇਸ ਵਕਤ ਸਕਸੈਸ ਰੇਟ ਤੁਸੀਂ ਟਰਾਈ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਯੂਐਸਏ ਨੂੰ ਲੈ ਕੇ ਕੋਈ ਡਾਊਟ ਹੈ ਫਰਦਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਵੀਜ਼ਾ ਆਫਿਸ ਦੀ ਟੀਮ ਨੂੰ ਕਾਲ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਕਿਉਂਕਿ ਯੂਐਸਏ ਦੇ ਅਪਡੇਟਸ ਅਸੀਂ ਰੈਗੂਲਰਲੀ ਇਸ ਚੈਨਲ ਤੇ ਸ਼ੇਅਰ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ